ਅਹਿਮਦੀਆ ਜਮਾਤ ਕਾਦੀਆ ਗੁਰਦਾਸਪੁਰ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਮੁਹੱਬਤ ਸਭ ਨਾਲ, ਨਫ਼ਰਤ ਕਿਸੇ ਦੇ ਨਾਲ ਨਹੀਂ ਦੇ ਮਿਸ਼ਨ ਨੂੰ ਲੈ ਕੇ ਰਾਮਾ ਮੰਡੀ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਅਹਿਮਦੀਆ ਮਸਜਿਦ ਰਾਮਾ ਦੇ ਮੌਲਵੀ ਅਤੇ ਅਹਿਮਦੀਆ ਜਮਾਤ ਦੇ ਜ਼ਿਲ੍ਹਾ ਇੰਚਾਰਜ ਸ਼ੌਕਤ ਅਲੀ ਅਤੇ ਕਾਦੀਆ ਤੋਂ ਆਈ ਵਿਸ਼ੇਸ਼ ਟੀਮ ਨੇ ਸੈਮੀਨਾਰ ਦੌਰਾਨ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਭ ਧਰਮ ਆਪਸ ਵਿੱਚ ਪਿਆਰ, ਮੁਹੱਬਤ, ਅਮਨ ਅਤੇ ਸ਼ਾਂਤੀ ਦੀ ਤਾਲੀਮ ਦਿੰਦੇ ਹਨ। ਜਦੋਂ ਤੱਕ ਅਸੀਂ ਇੱਕ ਦੂਜੇ ਦੇ ਧਾਰਮਿਕ ਆਗੂਆਂ, ਧਾਰਮਿਕ ਪੁਸਤਕਾਂ ਦਾ ਸਤਿਕਾਰ ਨਹੀਂ ਕਰਾਂਗੇ, ਉਹਨਾਂ ਚਿਰ ਦੁਨੀਆ ਵਿੱਚ ਅਮਨ ਅਤੇ ਸ਼ਾਂਤੀ ਨਹੀਂ ਕਾਇਮ ਹੋ ਸਕਦੀ। ਉਹਨਾਂ ਨੇ ਕਿਹਾ ਕਿ ਜਮਾਤ ਅਹਿਮਦੀਆ ਦੁਨੀਆ ਅੰਦਰ ਸ਼ਾਂਤੀ ਦਾ ਪੈਗਾਮ ਲੈ ਕੇ ਕੰਮ ਕਰ ਰਹੀ ਹੈ। ਇਸੇ ਮਕਸਦ ਨੂੰ ਲੈ ਕੇ ਰਾਮਾ ਮੰਡੀ ਵਿਖੇ ਇੱਕ ਬੁੱਕ ਸਟਾਲ ਲਗਾ ਕੇ ਲੋਕਾਂ ਨੂੰ ਆਪਸੀ ਪਿਆਰ ਅਤੇ ਮੁਹੱਬਤ ਨਾਲ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਹੈ। ਇਸ ਮੌਕੇ ਮੌਲਵੀ ਸ਼ੌਕਤ ਅਲੀ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੂਹ ਧਰਮਾਂ ਦੇ ਲੋਕਾਂ ਨੂੰ ਆਪਸੀ ਨਫ਼ਰਤ ਦੂਰ ਕਰਕੇ ਇਨਸਾਨੀਅਤ ਦੇ ਨਾਤੇ ਇੱਕ ਹੋ ਕੇ ਰਹਿਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਦੱਸਿਆ ਕਿ ਅਹਿਮਦੀਆ ਜਮਾਤ ਗੁਰਦਾਸਪੁਰ ਕਾਦੀਆ ਵਿਖੇ ਸਰਬ ਧਰਮ ਸੰਮੇਲਨ 30 ਦਸੰਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਮੂਹ ਦੇਸ਼ਾਂ ਦੇ ਸਾਰੇ ਧਰਮਾਂ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਅੱਜ ਅਹਿਮਦੀਆ ਮੁਸਲਿਮ ਜਮਾਤ ਰਾਮਾ ਮੰਡੀ ਵੱਲੋਂ ਰਾਮਾ ਮੰਡੀ ਵਿਖੇ ਬੁੱਕ ਸਟਾਲ ਲਗਾਇਆ ਗਿਆ ਅਤੇ ਇਸ ਬੁੱਕ ਸਟਾਲ ਦਾ ਮਕਸਦ ਲਵ ਫਾਰ ਆਲ, ਹੈਟਡ ਫਾਰ ਨਾਨ, ਯਾਨੀ ਮੁਹੱਬਤ ਸਭ ਦੇ ਲਈ ਅਤੇ ਨਫ਼ਰਤ ਕਿਸੇ ਦੇ ਲਈ ਨਹੀਂ, ਤਾਂ ਕਿ ਦੁਨੀਆ ਦੇ ਵਿੱਚ ਇਹ ਪੈਗਾਮ ਜਾਏ ਕਿ ਕੋਈ ਵੀ ਧਰਮ ਜਾਂ ਧਰਮ ਕਿਸੇ ਨੂੰ ਵੀ ਕੋਈ ਨਫ਼ਰਤ ਨਹੀਂ ਸਿਖਾਉਂਦਾ, ਬਲਕਿ ਪਿਆਰ, ਮੁਹੱਬਤ ਅਤੇ ਸ਼ਾਂਤੀ ਅਤੇ ਇੱਕ ਦੂਜੇ ਨਾਲ ਆਪਸੀ ਭਾਈਚਾਰੇ ਦੀ ਤਾਲੀਮ ਦਿੰਦਾ ਹੈ। ਅੱਜ ਇਹ ਅਸੀਂ ਪੈਗਾਮ ਦੁਨੀਆ ਤੱਕ ਲੈ ਕੇ ਆ ਰਹੇ ਹਾਂ ਅਤੇ ਇਹੋ ਪੈਗਾਮ ਅਸੀਂ ਸਰਬ ਧਰਮ ਸੰਮੇਲਨ ਦੇ ਜ਼ਰੀਆ ਵੀ ਕਰਦੇ ਹਾਂ ਅਤੇ ਇਨਸ਼ਾਅੱਲਾ ਅਸੀਂ ਬਹੁਤ ਛੇਤੀ ਰਾਮਾ ਮੰਡੀ ਵਿਖੇ ਵੀ ਸਰਬ ਧਰਮ ਸੰਮੇਲਨ ਕਰਾਂਗੇ ਅਤੇ ਸਾਡਾ ਵਾਰਸ਼ਿਕ ਜਿਹੜਾ ਸਰਬ ਧਰਮ ਸੰਮੇਲਨ ਹੁੰਦਾ ਉਹ ਵੀ ਕਾਦੀਆਂ ਵਿਖੇ 30 ਤਰੀਕ ਨੂੰ, 30 ਦਸੰਬਰ ਨੂੰ ਆਯੋਜਿਤ ਹੋ ਰਿਹਾ ਹੈ ਅਤੇ ਅਸੀਂ ਸਾਰਿਆਂ ਨੂੰ ਉਹਦੀ ਦਾਵਤ ਵੀ ਦਿੰਦੇ ਹਾਂ ਕਿ ਉਹਦੇ ਵਿੱਚ ਸ਼ਾਮਿਲ ਹੋ ਅਤੇ ਇਹੋ ਜਮਾਤ ਦਾ ਮਕਸਦ ਹੈ ਕਿ ਆਪਸ ਵਿੱਚ ਪਿਆਰ ਅਤੇ ਮੁਹੱਬਤ ਦੇ ਨਾਲ ਜ਼ਿੰਦਗੀਆਂ ਗੁਜ਼ਾਰੋ। ਇਹੋ ਮਕਸਦ ਲੈ ਕੇ ਅਸੀਂ ਅਲੱਗ ਅਲੱਗ ਸਟੇਟਾਂ ਦੇ ਵਿੱਚ, ਅਲੱਗ ਅਲੱਗ ਸਥਾਨਾਂ ਦੇ ਵਿੱਚ ਇਹ ਕੰਮ ਕਰ ਰਹੇ ਹਾਂ ਅਤੇ ਜਮਾਤ ਦੀ ਅੱਜ ਇਸੇ ਸਿਲਸਿਲੇ ਦੇ ਵਿੱਚ ਇੱਥੇ ਬੁੱਕ ਸਟਾਲ ਆ ਰਹੀ ਹੈ। ਰਾਮਾ ਮੰਡੀ ਤੋਂ ਪਰਮਜੀਤ ਸਿੰਘ ਲਹਿਰੀ ਦੀ ਰਿਪੋਰਟ, TVN7।